ਜਾਂਦੇ ਜੀ, ਤੇ ਦੋ ਤਿੰਨ ਵਾਰੀ ਚੋਰੀ ਕਰਾ ਦੀ ਜੀ, ਤੇ ਮਾਲ ਕੋਈ ਗਿਆ ਨੀ ਜੀ, ਇਹਨਾਂ ਨੂੰ ਤਾਂ ਬਹੁਤ ਵੱਡੀ ਸਜ਼ਾ ਹੋਣੀ ਚਾਹੀਦੀ ਹੈ ਜੀ। ਨਾ ਜੀ, ਹੁਣ ਮੈਂ ਐਵੇਂ ਛੱਡ ਦੂ ਇਹਨਾਂ ਨੂੰ, ਮੈਂ ਨੀ ਛੱਡਦਾ ਇਹਨਾਂ ਨੂੰ, ਬਾਕੀ ਇਹਨਾਂ ਨੂੰ ਸਜ਼ਾ ਬਹੁਤ ਹੋਣੀ ਚਾਹੀਦੀ ਹੈ ਮੈਂ ਦੱਸਾਂ ਜੀ। ਹਾਂਜੀ ਠੀਕ ਹੈ ਜੀ, ਸਾਡੇ ਤੋਂ ਗਲਤੀ ਹੋ ਗਈ ਜੀ, ਸਾਨੂੰ ਛੱਡਦਾ ਜੀ, ਕੁਝ ਲੈ ਲੈ ਕੇ ਰਫਾ ਦਫਾ ਕਰ ਦੋ ਮਾਮਲਾ। ਲੈ ਦੇ ਕੇ, ਲੈ ਦੇ ਕੇ ਦੀ ਗੱਲ ਸੁਣ ਲਓ, ਛੋਟੀ ਸਟੇਟਮੈਂਟ ਸਾਰੀ ਲਵਾਂਗੇ, ਔਰ ਜਦੋਂ ਸਟੇਟਮੈਂਟ ਲੈ ਲਈ ਫਿਰ ਤੁਹਾਨੂੰ ਅਸੀਂ ਸਜ਼ਾ ਦੇਵਾਂਗੇ, ਆਪੇ ਲੈ ਦੇ ਕੇ ਹੋਗੀ, ਇਹਨਾਂ ਨੂੰ ਅੰਤਰ ਕਰ ਦਿਓ ਹਲੇ। ਮੈਂ ਕਿਹਾ ਚੌਂਦਾ ਟੈਲੀਵਿਜ਼ਨ ਚੱਲੇ ਆ ਨਾ, ਇਹ ਪੱਠੀ ਵਾਲੀਆਂ ਨੇ ਵੀ ਮੇਕਅਪ ਕਰਨਾ ਸ਼ੁਰੂ ਕਰਤਾ, ਇਹ ਕੰਮ ਘੱਟ ਕਰਦੀਆਂ ਤੇ ਮੇਕਅਪ ਜ਼ਿਆਦਾ ਕਰਦੀਆਂ। ਵੈਸੇ ਵੀ ਅੱਜ ਕੱਲ੍ਹ ਰਿਵਾਜ ਹੋ ਗਿਆ ਕਿ ਕਿਸੇ ਫੰਕਸ਼ਨ ਤੇ ਤੀਵੀਂ ਨੇ ਜਾਣਾ ਨਾ ਤਾਂ ਮੇਕਅਪ ਕੁਝ ਜ਼ਿਆਦਾ ਹੀ ਕਰਦੀ ਹੈ, ਮੈਂ ਦੇਖ ਲਿਆ, ਚਾਹੇ ਕਿਸੇ ਮਰਦ ਤੇ ਜਾਣਾ ਹੋਵੇ। ਫਿਰ ਗਾ ਰੋਂਦੀਆਂ ਘੱਟ ਹੈ, ਰੋਂਦੀਆਂ ਤਾਂ ਘੱਟ ਹੈ, ਉਹ ਮੈਂ ਤਾਂ ਤਾਰੇ ਰੋਈ, ਮੇਰਾ ਕਿਤੇ ਮੇਕਅਪ ਨਾ ਉਤਰ ਜੇ, ਫਿਰ ਮੇਕਅਪ ਤੋਂ ਡਰਦੀ ਹੈ। ਮੈਂ ਕਿਹਾ ਤੂੰ ਪੱਠੀ ਜਾ ਰਹੀ ਹੈ, ਤੈਨੂੰ ਕੀ ਲੱਗਦਾ ਹੈ ਤੂੰ ਪੱਠੀ ਚਲਾਉਣੀ ਹੈ, ਫਿਰ ਕੀ ਤੇਰਾ ਪਿਓ ਚਲਾਉਂਦਾ? ਤੈਨੂੰ ਕੀ ਸ਼ਿਕਾਇਤ ਕੀ ਪੱਠੀ ਤੇ ਸੰਦਰ ਵੀ ਆਉਂਦਾ ਹੈ, ਮੰਤਰੀ ਵੀ ਆਉਂਦਾ, ਛੋਟਾ ਵੀ ਆਊ ਤੇ ਵੱਡਾ ਵੀ ਆਊ, ਚਪੜਾਸੀ ਵੀ ਆਊਗਾ ਤੇ ਆਫਿਸਰ ਵੀ ਆਏਗਾ। ਹਾਂ ਤੇ ਤੇਰੇ ਢਿੱਡ ਕਿਉਂ ਪੀੜ ਪੈਂਦੀ ਹੈ? ਜੇ ਤੂੰ ਸਾਡੀ ਗ੍ਰਾਹਕੀ ਖਰਾਬ ਕੀਤੀ ਤੇ ਉਹਦੇ ਚ ਦਖਲ ਅੰਦਾਜ਼ੀ ਕੀਤੀ ਤਾਂ ਫਿਰ ਤੂੰ ਵੇਖੀ ਮੈਂ ਕੀ ਕਰਦੀ ਹਾਂ, ਮੈਂ ਤੇਰੀ ਇੱਕ ਟੋਪੀ ਉਤਾਰ ਕੇ ਤੇ ਫਿੱਤੇ ਉਤਾਰ ਕੇ ਤੇਰੇ ਹੱਥ ਵਿੱਚ ਦੇ ਦੂੰ, ਹੈਂ? ਤੂੰ ਮੈਨੂੰ ਜਾਣਦਾ ਨਹੀਂ ਹੈ? ਮੈਂ ਕਿਹਾ ਤੂੰ ਪੱਠੀ ਚਲਾਉਣੀ ਹੈ? ਆਹਾ, ਮੈਂ ਵੀ ਭੱਟੀ ਵਾਲੀ ਹੂੰ। ਅਰੇ ਮੇਰੀ ਬਾਤ ਧਿਆਨ ਤੇ ਸੁਣ ਲੈ, ਮਾਰਾ ਰਿਸ਼ਤੇਦਾਰ ਪੁਲਿਸ ਮੈਂ ਹੈ, ਅਗਰ ਉਸਨੇ ਬੇੜਾ ਪੜ ਗਿਆ ਤਾਂ ਥਾਰੀ ਤੋਂ ਖਾਦ ਖੜੀ ਕਰ ਦੇਗਾ। ਮਹਿੰਗਾ ਰਾਮ, ਉਹ ਮੈਨੂੰ ਖੋਲ ਕੇ ਦੱਸ ਮਾਮਲਾ ਕੀ ਹੈ? ਇਹ ਮਾਮਲਾ ਬੜਾ ਖਰਾਬ ਹੋ ਚੁੱਕਿਆ ਜੀ, ਬੜਾ ਪਚੀਦਾ ਹੈ ਜੀ। ਦੱਸ ਵੀ ਤਾਂ ਸੀ ਇਹ ਗੱਲ ਇਹ ਹੈ ਜੀ, ਇਹ ਪੰਜ ਪੱਠੀਆਂ ਫੜੀਆਂ ਜੀ, ਜਿਨ੍ਹਾਂ ਵਿੱਚੋਂ ਚਾਰ ਤਾਂ ਤੀਵੀਆਂ ਚਲਾ ਰਹੀਆਂ ਜੀ, ਤੇ ਇੱਕ ਬੰਦਾ ਚਲਾ ਰਿਹਾ ਜੀ, ਤੇ ਜਦੋਂ ਤੀਵੀਆਂ ਨੂੰ ਫੜ ਕੇ ਲਏ ਜੀ ਤੇ ਅੰਦਰ ਦੇਣ ਲੱਗੇ ਜੀ, ਤੇ ਉਦੋਂ ਤੀਵੀਆਂ ਲੜ ਪਈਆਂ ਜੀ, ਤੀਵੀਆਂ ਅੱਗੇ ਧੱਕੇ ਮਾਰਨ ਲੱਗ ਗਈਆਂ ਜੀ। ਪਹਿਲਾਂ ਤਾਂ ਮੈਂ ਕਹਿਣ ਲੱਗੇ ਸੀ ਆਪਣੇ ਪੁਲਿਸ ਵਾਲੇ ਨੂੰ ਤੈਨੂੰ ਫੜ ਕੇ 2000 ਲਾਓ, ਫਿਰ ਮੈਂ ਕਿਹਾ ਨਹੀਂ ਜੀ, ਜਦੋਂ ਮੈਂ ਬਿਆਨ ਲਏ ਤਾਂ ਬਿਆਨ ਜੀ ਅਲਮ ਗਲਮ ਦੇਣ ਲੱਗ ਗਈਆਂ ਜੀ। ਅਲਮ ਗਲਮ ਨਾ ਬੋਲੀ, ਤੁਹਾਡੀ ਪੂਜਾ ਕਰੀਏ? ਪੱਠੀ ਨਾ ਤਾਂ ਜੋ ਅੱਧਾ ਢਿੱਡ ਕਿਵੇਂ ਭਰੀਏ? ਤੁਸੀਂ ਤਾਂ ਦੋ ਦੋ ਫੀਤੀਆਂ ਲਾ ਕੇ ਬੁੱਕ ਭਰ ਲੈਂਦੇ ਨੋਟਾਂ ਦਾ, ਅਸੀਂ ਸਾਰਾ ਸਾਰਾ ਦਿਨ ਖੂਨ ਫੂਕਣਾ ਹੁੰਦਾ, ਬਾਲਣ ਫੂਕਣਾ ਹੁੰਦਾ, ਫਿਰ ਜਾ ਕੇ ਦੋ ਟੁੱਕ ਜਵਾਕਾਂ ਰੋਟੀ ਮਿਲਦੀ ਹੈ, ਤਾਂ ਜਾ ਕੇ ਉਹਨਾਂ ਦਾ ਪੇਟ ਭਰਦਾ, ਸਾਨੂੰ ਫੜ ਕੇ ਲਾਇਆ ਉਹਨੂੰ ਸ਼ਰਮ ਨਹੀਂ ਆਉਂਦੀ? ਉਹ ਕੁੜੀਏ, ਉਹ ਛੋਟੀ ਜਿਹੀ ਉਮਰ ਹੈ ਤੇਰੀ, ਤੈਨੂੰ ਸ਼ਰਮ ਨਹੀਂ ਆਉਂਦੀ ਪੱਠੀ ਚਲਾਉਂਦੀ ਨੂੰ? ਉਹ ਜਨਾਬ, ਇਹਨੂੰ ਛੋਟੀ ਜਿਹੀ ਕੁੜੀ ਨਾ ਸਮਝੋ, ਇਹਦੀ ਪੱਠੀ ਅੱਗੇ ਕਾਰਾਂ ਦੀ ਲਾਈਨ ਲੱਗੀ ਰਹਿੰਦੀ ਹੈ ਜਨਾਬ। ਕਾਰਾਂ ਦੀ ਲਾਈਨ ਲੱਗੀ ਰਹਿੰਦੀ ਹੈ, ਤੇਰੇ ਢਿੱਡ 'ਚ ਕਿਹੜਾ ਪੀੜ ਹੁੰਦੀ ਹੈ? ਪੱਠੀ ਨਾ ਤਾਈਏ ਤਾਂ ਰੋਟੀ ਕਿੱਥੋਂ ਖਾਈਏ? ਮਾਂ ਬਾਪ ਨੂੰ ਤੁਹਾਡੇ ਘਰ ਭੇਜਣਾ? ਅਸੀਂ ਪੱਠੀ ਤਾਨੇ ਆ, ਤੁਹਾਡੇ ਵਾਂਗੂ ਪੱਖੇ ਥੱਲੇ ਬਹਿ ਕੇ ਇੰਨੀ ਨੋਟ ਨਹੀਂ ਲੈ ਕੇ ਜਾਂਦੇ, ਅਸੀਂ ਪੱਠੀ ਤਾ ਕੇ ਅੱਗ ਥੱਲੇ ਬਹਿੰਦੇ ਆ, ਅੱਗ ਥੱਲੇ ਬਹਿ ਕੇ ਸਵੇਰ ਤੋਂ ਲੈ ਕੇ ਪਸੀਨਾ ਤਾਨੇ ਆ, ਦਾਣੇ ਭੁੰਨੀਦੇ ਨੇ ਮੱਕੀ ਦੇ, ਉਹ ਵੀ ਤੁਹਾਡੇ ਵਾਂਗੂ ਨੀ, ਪੱਖੇ ਥੱਲੇ ਬੈਠੇ ਆ ਅਸੀਂ, ਦਾਣੇ ਭੁੰਨ ਕੇ ਸ਼ਾਮੀ ਦੋ ਨੋਟ ਕਮਾਈਦੇ ਨੇ ਤਾਂ ਜਾ ਕੇ ਰਾਤੀ ਰੋਟੀ ਖਾਈਦੀ ਹੈ। ਤੇ ਹੋਰ ਕੀ, ਹੈ? ਸਾਰਾ ਦਿਨ ਅੱਗ ਤੇ ਪੱਠੀ ਵਿੱਚ ਕਣਕ ਭੁੰਨਦੇ ਆ, ਛੋਲੇ ਭੁੰਨਦੇ ਆ, ਜਵਾਰ ਭੁੰਨਦੇ ਆ, ਤਾਂ ਜਾ ਕੇ ਦੋ ਟੁੱਕ ਆਪਣੇ ਜਵਾਕਾਂ ਨੂੰ ਖਿਲਾਣ ਜੋਗੇ ਹੁੰਦੇ ਆ, ਤੇ ਤੁਹਾਡੇ ਤੋਂ ਉਹ ਵੀ ਨਹੀਂ ਜਰਬ ਹੁੰਦਾ? ਮੈਂ ਕਰਾਂ, ਇਹ ਤੂੰ ਕਿਹਨਾਂ ਨੂੰ ਫੜ ਲੈਂਦਾ? ਮੈਂ ਕਿਹਾ ਤੁਸੀਂ ਕਹੀ ਪੱਠੀਆਂ ਵਾਲੇ ਫੜ ਲਓ ਜੀ, ਤੇ ਪੱਠੀਆਂ ਵਾਲੀਆਂ ਫੜ ਲਈਆਂ ਜੀ ਸਾਰੀ ਉਮਰ ਜੀ। ਮੈਂ ਤੈਨੂੰ ਕਿਹਾ ਸੀ ਸ਼ਰਾਬ ਦੀਆਂ ਪੱਠੀਆਂ ਫੜਨੀਆਂ। ਤੂੰ ਗੱਲ ਸੁਣ, ਮੈਂ ਤੈਨੂੰ ਕਿਹਾ ਸੀ ਵੀ ਸ਼ਰਾਬ ਦੀਆਂ ਪੱਠੀਆਂ ਫੜ ਕੇ ਲਿਆ, ਤੇ ਤੂੰ ਕਹਾ ਤੀਵੀਆਂ ਫੜ ਕੇ ਲਿਆ ਜੀ, ਤੈਨੂੰ ਸ਼ਰਮ ਨਹੀਂ ਆਉਂਦੀ ਜੀ? ਤੂੰ ਮੈਨੂੰ ਵੀ ਮਰਵਾਏਗਾ ਤੇ ਆਪ ਵੀ ਮਰੇਗਾ, ਸਰਕਾਰ ਕੀ ਸੋਚੂਗੀ, ਹੁਕਮ ਕੀ ਦਿੰਦੀ ਹੈ, ਤੇ ਤੁਸੀਂ ਕੀ ਕਹਿਣਾ ਮੰਨਦੇ ਹੋ? ਓਏ ਗਲਤੀ ਹੋ ਗਈ ਜਨਾਬ, ਗਲਤੀ ਹੋ ਗਈ, ਬਚ ਗਏ ਤੇ ਗਲਤੀ ਹੋ ਗਈ, ਗਲਤੀ ਹੋ ਗਈ। ਮੈਂ ਕਹ ਰਾਮ, ਹਾਂਜੀ, ਇਹਨਾਂ ਤੋਂ ਗਲਤੀ ਮੰਨੋ ਤੇ ਇਹਨਾਂ ਨੂੰ ਜੀਪ ਤੇ ਬਿਠਾ ਕੇ ਬਾਜਤ ਕਰੇ ਛੱਡ ਗਿਆ। ਠੀਕ ਹੈ ਜੀ, ਮੁਰਸ਼ੀ ਰਾਮ ਮੈਂ ਨਾਂ ਬੋਲਦਾ, ਇਹਨਾਂ ਸਰ ਨੂੰ ਰਿਹਾ ਕੀਤਾ ਜਾਂਦਾ, ਪ੍ਰਸਾਦੀ ਪਿੰਡ ਚੁਗਾ ਖੁਰਦ, ਤਾਰੋ ਪਿੰਡ ਰਾਜੂ ਮਾਜਰਾ, ਸ਼ਮੀ ਪਿੰਡ ਬੱਲੂ ਵਾਲਾ, ਸਰਕਾਰ ਚੌਥੀ ਰਾਣੀ ਪਿੰਡ ਕੋਟ ਸ਼ਮੀਲ। ਆਹੋ,
ਮਹਿੰਗਿਆ ਮੈਂ ਤੈਨੂੰ ਪਹਿਚਾਣ ਲਿੱਤਾ, ਤੂੰ ਉਹੀ ਹੈ ਨਾ ਰੁਲਦੂ ਦਾ ਮੁੰਡਾ, ਉਹ ਜਿਹੜਾ ਨਿੱਕੇ ਹੁੰਦਿਆਂ ਮੇਰੀ ਪੱਟੀ ਤੇ ਆਂਦਾ ਸੀ ਦਾਣੇ ਭੁਨਾਣ ਲਈ, ਤੇ ਉਹ ਦਰਜੀ ਦੀ ਧੀ ਨੂੰ ਨਸਾ ਕੇ ਲੈ ਗਿਆ ਸੀ। ਬਣਾ ਫਿਰਦਾ ਤੂੰ ਥਾਣੇਦਾਰ। ਬਹਿ ਗਿਆ ਮੈਂ ਕਿਹਾ ਮੁਨਸ਼ੀ ਤੂੰ ਲੈ ਕਿਉਂ ਸੀ? ਗਲਤੀ ਹੋ ਗਈ ਜਨਾਬ, ਗਲਤੀ ਹੋ ਗਈ ਹੈ, ਹੁਣ ਤੂੰ ਛੱਡ ਕੇ ਵੀ ਆ ਜਾ, ਮੈਂ ਤਾਂ ਸਾਰੇ ਬਿਠਾ ਗਿਆ। ਬਾਕੀ ਗੱਲ ਇਹ ਹੈ ਜੀ ਵੀ ਪੰਜਵਾਂ ਜੀ ਬਲਵੀਰ ਹੈ ਜੀ, ਪਿੰਡ ਬਹਿਮਣ ਦਮਾਨਾ ਜੀ, ਉਹਦੀ ਸ਼ਰਾਬ ਦੀ ਪੱਠੀ ਫੜੀ ਗਈ ਹੈ ਜੀ, ਤਿੰਨ ਬੋਤਲਾਂ ਫੜੀਆਂ ਜੀ, ਉਹ ਤਾਂ ਅਸੀਂ ਪੀਣ ਵਾਸਤੇ ਰੱਖ ਲਈਆਂ ਵੀ ਇਹਦੇ ਪਾਣੀ ਨਾ ਹੋਵੇ ਜੀ, ਤੇ ਜਿਹੜਾ ਪੱਠੀਆਂ ਸਮਾਨ ਸੀ ਉਹ ਅਸੀਂ ਜ਼ਬਤ ਕਰ ਲਿਆ ਸੀ, ਤੇ ਜਿਹੜੇ ਦੋ ਬੰਦੇ ਆ ਜੀ ਉਹਨਾਂ ਨੂੰ ਫੜਨ ਵਾਸਤੇ ਭੇਜ ਰਹੇ ਹੈ ਜੀ, ਉਹ ਹਲੇ ਫੜੇ ਨੀ ਗਏ ਤੁਹਾਨੂੰ। ਮੈਂ ਕਰਾਂ ਹਾਂਜੀ, ਤੂੰ ਆਪ ਸੋਚ ਲਿਆ ਕਰ ਕਿ ਸਹੀ ਹੈ ਤੇ ਕੀ ਗਲਤ ਹੈ। ਮੈਂ ਕਿਹਾ ਜੀ ਗੱਲ ਇਹ ਜੀ ਮੈਂ ਤਾਂ ਸੋਚਣ ਦੇ ਵਿੱਚ ਐਕਸਪਰਟ ਹੈ ਜੀ, ਉਹ ਮੁਰਸ਼ੀ ਰਾਮ ਗੱਲ ਸੋਚ ਗਿਆ ਜੀ, ਉਹੀ ਗਲਤ ਸੀ ਵੀ ਫੜ ਲਿਆ ਜੀ, ਮੇਰੇ ਕਿਤੇ ਕੋਈ ਗਲਤੀ ਨਹੀਂ ਹੋਈ ਜੀ, ਬਾਕੀ ਮੈਂ ਫਲੋਰ ਜਿਹੜਾ ਟੇਰੀ ਵੀ ਕਰ ਰਹੀ ਹੈ ਜੀ। ਪਰ ਗਲਤੀ ਤਾਂ ਗਲਤੀ ਹੈ ਨਾ, ਕਿਸੇ ਨੇ ਵੀ ਕੀਤੀ ਹੈ ਤਾਂ ਗਲਤੀ ਹੈ ਨਾ। ਠੀਕ ਹੈ ਜੀ, ਓਹ ਮੈਂ ਸਸਪੀ ਨੂੰ ਮਿਲਣ ਜਾਣਾ। ਠੀਕ ਹੈ ਜੀ, ਅੱਛਾ ਜੀ, ਅੱਛਾ ਜੀ, ਅੱਛਾ ਬਹਿ ਜਾਓ ਬਹਿ ਜਾਓ ਬਹਿ ਜਾਓ। ਜਿਨ੍ਹਾਂ ਦੇ ਨਿਆਣੇ ਤੇ ਪੱਗ ਬੰਨਣੀ ਨਾ ਆਵੇ, ਸਾਨੂੰ ਤਾਂ ਹਲੇ ਪੱਗ ਨੀ ਬੰਨਣੀ ਆਉਂਦੀ, ਤੇ ਕੱਲ ਪਰਸੋਂ ਅਸੀਂ ਲੋਕਾਂ ਨੂੰ ਪੱਗਾਂ ਬਣਾਉਣ ਸਿਖਾ ਦਿਆਂਗੇ, ਤੇ ਕੱਲ ਦੇ ਬੰਦੇ ਸਾਨੂੰ ਸਿਖਾਉਂਦੇ ਆ। ਉਹ ਪੁੱਤ ਜੱਟਾਂ ਦੇ ਬੁਲਾਉਂਦੇ ਬੱਕਰੇ ਮੋਢਿਆਂ ਤੇ ਡਾਂਗਾਂ ਦੇ ਰਿਆਂ। ਆਖਿਆ ਸੀਗਾ ਨਾ ਹੀ, ਕਿਉਂ ਆਇਆ ਫਿਰ ਤੂੰ? ਹੈ ਨਵਾਂ ਥਾਣੇਦਾਰ ਆਇਆ, ਮੈਨੂੰ ਵੀ ਮਰਵਾਏਗਾ ਤੂੰ? ਜਾ ਤਾਂ ਪਾ ਜਾ ਇੱਥੋਂ। ਉਹ ਮੈਂ ਤਾਂ ਬਥੇਰਾ ਘਰੇ ਗਿਆ ਸੀ ਸਰਕਾਰ, ਘਰ ਵਾਲੀ ਨੇ ਫੇਰ ਜੁੱਤੀਆਂ ਮਾਰ ਕੇ ਕੱਢਦਾ। ਛੋਟੀਆਂ ਛੋਟੀਆਂ ਜੁੱਤੀਆਂ ਖਾ ਲੈ, ਛਤਰ ਬਣੇ ਕਿਤੋਂ ਪਾਏਗਾ? ਹਾਂਜੀ ਜਨਾਬ, ਗੱਲ ਕੀ ਹੈ? ਮੈਨੂੰ ਗੱਲ ਸਾਰੀ ਹੋਰ ਕੇ ਸੁਣਾਓ ਜਨਾਬ। ਉਹ ਦਰਅਸਲ ਗੱਲ ਇਹ ਹੈ, ਇਹ ਵਿਚਾਰਾ ਦਾਰੂ ਪੀਲੇ ਦਾ ਜ਼ਿਆਦਾ, ਘਰ ਜਾਂਦਾ ਤੇ ਇਹਦੀ ਘਰ ਵਾਲੀ ਜੁੱਤੀਆਂ ਮਾਰ ਕੇ ਕੱਢ ਦਿੰਦੀ ਹੈ ਬਾਹਰ। ਅੱਛਾ, ਇੱਥੇ ਵਿਚਾਰਾ ਫਿਰ ਰਾਤ ਕੱਟ ਜਾਂਦਾ, ਸਵੇਰੇ ਜਾਣ ਲੱਗਾ 10 ਰੁਪਏ ਦੇ ਜਾਂਦਾ ਜੀ। ਮੈਂ ਤੁਹਾਨੂੰ ਸੋਬਰੀ ਕਿਹਾ ਵੀ ਇਹ ਪੈਸੇ ਲੈਣ ਦਾ ਕੰਮ ਬੰਦ ਕਰੋ, ਤੁਸੀਂ ਇਹ ਗਲਤੀ ਕਰਦੇ ਕਿਉਂ? ਓਏ ਗਲਤੀ ਹੋ ਗਈ ਜਨਾਬ, ਗਲਤੀ ਹੋ ਗਈ ਜਨਾਬ। ਉਹ ਗੱਲ ਸੁਣ, ਇਹ ਹੁਣ ਘਰੇ ਜਾਊਗਾ, ਫਿਰ ਇਹ ਘਰ ਵਾਲੇ ਕੁੱਟਣ ਲੱਗ ਜਾਊਗਾ, ਫਿਰ ਇਹ ਬੱਚਿਆਂ ਨੂੰ ਮਾਰਨ ਲੱਗ ਜਾਊਗਾ, ਫਿਰ ਇਹ ਪਿੰਡ ਚੋਰੀਆਂ ਕਰਨ ਲੱਗ ਜਾਊਗਾ, ਫਿਰ ਇਹ ਡਾਕੇ ਮਾਰਨ ਲੱਗ ਜਾਊਗਾ, ਫਿਰ ਇਹ ਡਰੱਗ ਲਿਆਉਣ ਲੱਗ ਜਾਊਗਾ, ਜਦੋਂ ਡਰੱਗ ਲਿਆਂਦੀ ਇਹ ਡਰੱਗ ਇੱਥੇ ਲੈਂਦੀ, ਅਸੀਂ ਬਦਨਾਮ ਹੋ ਜਾਵਾਂਗੇ, ਸਾਰਾ ਪਿੰਡ ਬਦਨਾਮ ਹੋ ਜਾਊਗਾ, ਇਹ ਵਿਗੜ ਜਾਊਗਾ, ਅਸੀਂ ਸਾਰੀ ਜਨਤਾ ਖਰਾਬ ਹੋ ਜਾਂਦੀ ਹੈ। ਜਦੋਂ ਖਰਾਬ ਹੋ ਜਾਂਦੀ ਹੈ ਫਿਰ ਸਾਡੇ ਹੱਥ ਜਿੰਦਗੀ, ਤੁਸੀਂ ਇਹੋ ਜਿਹਾ ਕੰਮ ਕਿਉਂ ਗਲਤ ਕਰਦੇ ਹੋ? ਇਹਨੂੰ ਘਰੇ ਛੱਡ ਕੇ ਆਓ, ਜਾ ਕੇ ਘਰ ਵਾਲੀ ਇਹਨੂੰ ਮਾਰੂਗੀ, ਸਮਝਾਓਗੀ, ਪੰਚਾਇਤ ਬੁਲਾਓਗੀ, ਔਰ ਉਹਦੇ ਬਾਅਦ ਆਪੇ ਠੀਕ ਹੋ ਜਾਊਗਾ। ਗਲਤੀ ਹੋ ਗਈ, ਗਲਤੀ ਹੋ ਗਈ, ਪਰ ਹੁਣ ਤਾਂ ਪੂਰੀ ਕਰੋ। ਇੱਥੇ ਭਾਰਤੀ ਮੈਂ ਸੋਬਰ ਕਿਹਾ ਵੀ ਅਜੇ ਗਲਤੀ ਨਹੀਂ ਕਰਨੀ, ਅਸੀਂ ਫੇਰ ਵੀ ਨੇਸ਼ਨ ਨੂੰ ਸੰਭਾਲ ਲੈ, ਡਰੱਗਾਂ ਨੂੰ ਸੰਭਾਲ ਲੈ, ਅਸੀਂ ਕਰਪਸ਼ਨ ਨੂੰ ਠੀਕ ਕਰ ਲੈ, ਤੂੰ ਵੀ ਠੀਕ ਰਿਹਾ ਕਰ, ਪੜੇ ਤੁਸੀਂ ਵੀ ਠੀਕ ਰਹੇ। ਮੈਂ ਹਾਂ ਡਾਇਰੈਕਟ ਥਾਣੇਦਾਰ, ਮੈਂ ਹਾਂ ਡਾਇਰੈਕਟ ਥਾਣੇਦਾਰ, ਨਾ ਰਿਸ਼ਵਤ ਨਾ ਕੋਈ ਸਿਫਾਰਿਸ਼ ਨਾ ਕੋਈ ਪਈ ਵਗਾਰ, ਸਿੱਧਾ ਲਾਇਆ ਮੈਨੂੰ ਸਰਕਾਰ, ਮੈਂ ਹਾਂ ਡਾਇਰੈਕਟ ਥਾਣੇਦਾਰ, ਮੈਂ ਹਾਂ ਡਾਇਰੈਕਟ ਥਾਣੇਦਾਰ। ਹੋ